सोमवार नूं बारी सरी दे मसलियां दे सरलेख थले उगे जर्नलिस्ट पहला जिन्हां ने प्रवासी पेपर कढ़िया जिन्हां ने बे धड़क हो के ऐन सच लिखते रहे वो ते ओ हुण नाल तुहाडे सेफ्टी कंसल्टेंट भी ने उगे ट्रांसपोर्टर ने ते पर आपां उन्हां दा फायदा लैंदे हुंदे आ कि उन्हां दी जिहड़ी पकड़ लोकल मसलियां ते अजिहा मंच इक जिवें शुरू च कहा ਬਈ ਦੋ ਧਿਰਾਂ ਗੱਲ ਕਰਦੀਆਂ ਨੇ ਬਈ ਅਸੀਂ ਇੱਧਰ ਨੂੰ ਖਿੱਚਣਾ ਹੈ ਉਹ ਕਹਿੰਦਾ ਇੱਧਰ ਨੂੰ ਖਿੱਚਣਾ ਹੈ ਇੱਕ ਭਾਈਚਾਰੇ ਲਈ ਮੰਚ ਜਿੱਥੇ ਭਾਈਚਾਰਾ ਗੱਲ ਕਰੇ ਬਈ ਯਾਰ ਆਹ ਇੱਕ ਕਹਿੰਦਾ ਦੂਜਾ ਕਹਿੰਦਾ ਤੁਸੀਂ ਕੀ ਕਹਿੰਦੇ ਲੋਕ ਕੀ ਕਹਿੰਦੇ ਆ ਲੋਕਾਂ ਦੀ ਗੱਲ ਦੇ ਲਈ ਸਰੀ ਦੇ ਮਸਲੇ ਥੱਲੇ ਸੋਮਵਾਰ ਦੀ ਸੋਮਵਾਰ ਗੱਲ ਪਰਮਜੀਤ ਸਿੰਘ ਪ੍ਰਵਾਸੀ ਉਹਨਾਂ ਨਾਲ ਹੁੰਦੀ ਹੈ ਕੱਲ੍ਹ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੀ ਉਹਨਾਂ ਕੋਲ ਘਾਟ ਸੀ ਅਤੇ ਅੱਜ ਉਹ ਮੇਰੇ ਨਾਲ ਨੇ ਪ੍ਰਵਾਸੀ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਅਤੇ ਆਪਣੇ ਸਾਰੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਾਈ ਜੀ ਫੇਰ ਸਮੇਂ ਦਾ ਅਤੇ ਆਪਾਂ ਪਿਛਲੀ ਵਾਰ ਇਹ ਗੱਲ ਲੈ ਕੇ ਆਏ ਸੀ ਕਿ ਸਰੀ ਪੁਲਿਸ ਵਰਸਿਜ਼ ਆਰ ਸੀ ਐੱਮ ਪੀ ਬਈ ਗੱਲ ਚੱਲ ਪਈ ਲੋਕਾਂ ਨੇ ਫਤਵਾ ਦੇ ਤਾ ਇੱਕ ਧਿਰ ਕਹਿੰਦੀ ਹੈ ਕਿ 100 ਦੇ ਵਿੱਚੋਂ 50 ਬੰਦਿਆਂ ਨੇ ਵੋਟਾਂ ਪਾਈਆਂ ਇਸ ਮੈਨੀਫੈਸਟ ਦੇ ਥੱਲੇ ਜੀ ਆਰ ਸੀ ਐੱਮ ਪੀ ਦੇ ਹੱਕ ਦੇ ਵਿੱਚ ਡਾਇਨ ਵਾਟਸ ਬਲਤੇਜ ਢਿੱਲੋਣੀ ਬਹੁਤ ਬਹੁਤ ਸੋਹਣੀ ਇੱਕ ਬਹੁਤ ਵੱਡੀ ਲਾਮਬੰਦ ਹੋ ਕੇ ਕੰਮ ਕਰ ਰਹੇ ਨੇ ਜੀ ਜੀ ਉਹ ਕਹਿੰਦੇ ਅਸੀਂ ਜਿੱਤੀਏ ਚਾਹੇ ਨਾ ਅਸੀਂ ਆਪਣਾ ਮੈਸੇਜ ਦੇਣਾ ਜੀ ਜੀ ਗਵਰਨਮੈਂਟ ਨੇ ਅਪਰੂਵਲ ਦੇਤੀ ਬੋਰਡ ਬਣ ਗਿਆ ਚੀਫ ਦੀ ਭਾਲ ਹੈ ਪਰ ਕਿਤੇ ਨਾ ਕਿਤੇ ਹਾਲੇ ਵੀ ਲੋਕਾਂ 'ਚ ਕਰਿਓਸਟੀ ਆ ਵੀ ਯਾਰ ਅੰਕੜੇ ਕੀ ਨੇ ਮਾਡਲ ਕੀ ਹੈ ਇਹ ਗੱਲ ਕਿਵੇਂ ਹੋ ਸੋ ਇਸ 'ਤੇ ਹੀ ਆਪਾਂ ਅੱਗੇ ਉੱਥੋਂ ਹੀ ਤੁਰਦੇ ਹਾਂ ਗਿੱਲ ਸਾਹਿਬ ਗੱਲ ਇੱਕ ਹੈ ਵੀ ਤੁਹਾਨੂੰ ਯਾਦ ਹੋਊਗਾ ਜਿਸ ਦਿਨ ਆਪਾਂ ਇੱਕ ਵਾਰੀ ਚਾਹ 'ਤੇ ਬੈਠੇ ਸੀਗੇ ਸ਼ਾਇਦ ਜੀ ਜੀ ਉਸ ਦਿਨ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਮੈਨੂੰ ਅੱਜ ਵੀ ਯਾਦ ਹੈ ਤੁਸੀਂ ਕਿਹਾ ਸੀ ਯਾਰ ਵੀ ਮੈਂ ਪੋਲਿਟਿਕਸ 'ਚ ਵੀ ਜਾਇਆ ਆ ਬਿਲਕੁਲ ਮੈਂ ਮੀਡੀਆ 'ਚ ਵੀ ਹਾਂ ਮੈਂ ਲੋਕਾਂ 'ਚ ਵੀ ਵਿਚਰਦਾ ਜੀ ਮੈਂ ਸਾਰਾ ਕੁਝ ਦੇਖਦਾ ਪਰ ਜਦੋਂ ਮੈਂ ਇਹ ਦੇਖਦਾ ਮੈਂ ਇੱਕ ਚੀਜ਼ ਕੱਢ ਕੇ ਲੈ ਆਇਆ ਸਾਰੇ ਕਾਸੇ ਦੇ ਵਿੱਚੋਂ ਇੱਕ ਨਵੀਂ ਚੀਜ਼ ਜਿਹਨੂੰ ਤੁਸੀਂ ਨਵਾਂ ਵਰਡ ਯੂਜ਼ ਕੀਤਾ ਸੀ ਉਦੋਂ ਤੁਸੀਂ ਉਸ ਦਿਨ ਜੀ ਵੀ ਸਮਟਾਈਮਸ ਕੀ ਹੁੰਦਾ ਹੈ ਵੀ ਇਸ਼ੂ ਹੁੰਦਾ ਮੇਨ ਸਟ੍ਰੀਮਿੰਗ ਮੀਡੀਆ ਦੇ ਵਿੱਚ ਉਹ ਬਰਨਿੰਗ ਇਸ਼ੂ ਹੁੰਦਾ ਸਾਡੇ ਹੁੰਦਾ ਨਹੀਂ ਸਾਡੇ ਕੋਈ ਗੱਲ ਹੀ ਨਹੀਂ ਹੋ ਰਹੀ ਹੁੰਦੀ ਬਿਲਕੁਲ ਠੀਕ ਹੈ ਦੂਜੇ ਨੰਬਰ 'ਤੇ ਜਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿੱਧਰ ਨੂੰ ਉਹ ਜਾ ਰਹੀ ਹੁੰਦੀ ਹੈ ਗੱਲ ਸਾਡੇ ਮੀਡੀਆ 'ਚ 180 ਡਿਗਰੀ 'ਤੇ ਮਤਲਬ ਅਸੀਂ ਉਲਟ ਜਾ ਰਹੇ ਹਾਂ ਜੀ ਵੀ ਇਹ ਗੱਲ ਕੀ ਹੈ ਵੀ ਅਸੀਂ ਇਹ ਕਹਾਣੀ ਅਸੀਂ ਅੱਛਾ ਲੋਕ ਹੈ ਜਿਹੜੇ ਲੋਕ ਕਨਫਿਊਜ਼ਡ ਹੈ ਬਿਲਕੁ�ਲ ਕਿਉਂਕਿ ਲੋਕ ਜਦੋਂ ਥੋੜ੍ਹੀ ਬਹੁਤ ਇੰਗਲਿਸ਼ ਸੁਣਨ ਵਾਲਾ ਬੰਦਾ ਜਦੋਂ ਉਸ ਮੀਡੀਆ ਨੂੰ ਸੁਣਦਾ ਉਹ ਕਹਿੰਦੇ ਯਾਰ ਇਹ ਤਾਂ ਗੱਲ ਹੀ ਹੋਰ ਹੈ ਅਤੇ ਜਦੋਂ ਆਪਾਂ ਨੂੰ ਸੁਣਦੇ ਆ ਉਹ ਕਹਿੰਦੇ ਯਾਰ ਆਹ ਗੱਲ ਹੋਰ ਹੈ ਫਿਰ ਅਸਲ ਸੱਚਾਈ ਕੀ ਹੈ ਅੱਛਾ ਇੱਕ ਹੋਰ ਤੁਹਾਡੀ ਮੈਂ ਗੱਲ ਮਾੜੀ ਜੀ ਤੁਸੀਂ ਉਦੋਂ ਮੈਨੂੰ ਇੱਕ ਬੜੀ ਵਧੀ ਪਤੇ ਦੀ ਗੱਲ ਕਹੀ ਸੀ ਜਿਹਨੇ ਮੈਨੂੰ ਵੀ ਇਨਕਰੇਜ ਕੀਤਾ ਇਸ ਗੱਲ ਬਾਰੇ ਤੁਸੀਂ ਆਖਿਆ ਯਾਰ ਵੀ ਕੋਈ ਐਸਾ ਮੰਚ ਹੋਣਾ ਚਾਹੀਦਾ ਬਿਲਕੁਲ ਜਿੱਥੇ ਆਪਾਂ ਕਿਸੇ ਦੇ ਧਿਰ ਨਹੀਂ ਬਣਨਾ ਨਾ ਆਪਾਂ ਕੋਈ ਕਿਸੇ ਵੀ ਨਾ ਪੋਲੀਟੀਕਲ ਧਿਰ ਦਾ ਨਾ ਕਿਸੇ ਦਾ ਆਪਾਂ ਗੱਲ ਲਿਆ ਕੇ ਘੱਟੋ ਘੱਟ ਹਰ ਚੀਜ਼ ਲੋਕਾਂ ਦੇ ਵਿੱਚ ਰੱਖਿਆ ਕਰੀਏ ਅਤੇ ਲੋਕ ਫੈਸਲਾ ਕਰਨ ਕਿ ਸਾਡੇ ਭਲੇ ਬੁਰੇ 'ਚ ਕੀ ਹੈ ਜਿੰਨਾ ਚਿਰ ਕਿਸੇ ਵੀ ਬੰਦੇ ਨੂੰ ਕਿਸੇ ਵੀ ਕਮਿਊਨਿਟੀ ਨੂੰ ਸੱਚ ਦਾ ਪਤਾ ਨਹੀਂ ਲੱਗੂਗਾ ਇੱਕ ਪੱਖ ਪ੍ਰਚਾਰਿਆ ਜਾਊਗਾ ਉਹਨਾਂ 'ਚ ਵੇਖੋ ਵੋਟਾਂ ਪੈ ਜਾਂਦੀਆਂ ਮੈਨੀਫੈਸਟ ਹੋ ਜਾਂਦੇ ਆ ਸਾਰਾ ਕੁਛ ਹੋ ਜਾਂਦਾ ਹੁੰਦਾ ਲੋਕ ਫਤਵਾ ਵੀ ਦੇ ਦਿੰਦੇ ਹੁੰਦੇ ਆ ਪਰ ਕਈ ਵਾਰੀ ਲੋਕਾਂ ਦੇ ਕੋਲ ਉਹ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਕੀ ਜਿਹੜਾ ਕੁਛ ਹੋਣ ਜਾ ਰਿਹਾ ਉਹ ਸਾਡੇ ਹੱਕ 'ਚ ਵੀ ਹੈ ਕਿ ਨਹੀਂ ਹੈ ਹੁਣ ਉਦਣ ਆਪਣੇ ਚੱਲਦਿਆਂ ਚੱਲਦਿਆਂ ਆਪਾਂ ਤਾਂ ਜੇ ਵੈਸੀ ਗੱਲ ਕੀਤੀ ਸੀ ਤਾਂ ਉਹ ਆਪਾਂ ਇਸੇ ਗਲਤੀ ਇਸ਼ੂ 'ਤੇ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਵੀ ਯਾਰ ਇੱਕ ਕੋਈ ਮੰਚ ਐਸਾ ਜ਼ਰੂਰ ਹੋਵੇ ਤਾਂ ਤੁਸੀਂ ਚੱਲਦਿਆਂ ਚੱਲਦਿਆਂ ਗੱਲ ਵਿੱਚ ਆਰ ਸੀ ਐੱਮ ਪੀ ਦੀ ਛੇੜਤੀ ਬਿਲਕੁਲ ਠੀਕ ਹੈ ਵੀ ਯਾਰ ਵੀ ਆਹ ਕੀ ਚੱਕਰ ਹੈ ਤੇ ਮੈਨੂੰ ਫਿਰ ਅੱਜ ਤੁਸੀਂ ਮੈਨੂੰ ਆਖਿਆ ਵੀ ਤੇ ਰਿਸਰਚ ਆਪਾਂ ਕਰੀਏ ਤੁਸੀਂ ਵੀ ਬਹੁਤ ਕੀਤੀ ਮੈਂ ਕੀਤੀ ਚਲੋ ਜਿੰਨਾ ਕਿ ਆਪਣੇ ਕੋਲ ਇਨਫੋਰਮੇਸ਼ਨ ਹੈ ਆਪਣਾ ਫਰਜ਼ ਇਹ ਬਣਦਾ ਵੀ ਆਪਾਂ ਲੋਕਾਂ ਨੂੰ ਦੱਸੀਏ ਉਹਦਾ ਕਾਰਨ ਪ੍ਰੋਫੈਸਰ ਸਾਹਿਬ ਇਹ ਹੋਇਆ ਜਾਂ ਡੋਰ ਨੌਕਿੰਗ ਤੇ ਤੁਰਿਆ ਫਿਰਿਆ ਮੈਂ ਜੀ ਜੀ ਜਿਹੜੀਆਂ ਅਸੀਂ ਚੀਜ਼ਾਂ ਸੋਚਦੇ ਸੀ ਜਿਹੜੇ ਅਸੀਂ ਮੈਨੀਫੈਸਟ 'ਚ ਰਹੀ ਬੈਠੇ ਉਹ ਤਾਂ ਗੱਲਾਂ ਹੀ ਹੈ ਨਹੀਂ ਲੋਕਾਂ ਦੀ ਉਹ ਲੋਕ ਕਹਿੰਦੇ ਭਾਈ ਸਾਹਿਬ ਇਹ ਨਹੀਂ ਸਾਡੇ ਮੁੱਦੇ ਅਸੀਂ ਦੱਸਣਾ ਪੜ੍ਹ ਕੇ ਵੀ ਮੇਰੀ ਪਾਰਟੀ ਗਿਆ ਉਹ ਕਹਿੰਦਾ ਨਹੀਂ 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 ਇਹ ਨਹੀਂ ਸਾਡੇ ਆਹ ਮੁੱਦੇ ਨੇ ਸਾਨੂੰ ਇਹਦਾ ਸੋਲੂਸ਼ਨ ਦਿਓ ਉਹ ਮੇਰੇ ਕੋਲ ਹੈ ਨਹੀਂ ਮੈਂ ਪਾਰਟੀ ਲਾਈਨ 'ਚ ਬੰਨਿਆ ਹੋਇਆ ਮੈਂ ਗੱਲ ਹੀ ਨਹੀਂ ਸੀ ਕਰ ਸਕਦਾ ਸੋ ਮੈਨੂੰ ਇਹ ਵੀ ਕਿਉਂਕਿ ਆਪਾਂ ਦੋਨੇ ਮੀਡੀਆ 'ਚ ਰਹਿਣ ਕਰਕੇ ਕਈ ਵਾਰ ਕੁਛ ਅੰਤਰੀਬ ਵੀ ਹੁੰਦਾ ਜਿਹਦੇ 'ਚ ਅਸੀਂ ਧੂਕੇ ਲਿਜਾਂਦੇ ਪਰ ਮੈਂ ਕਿਹਾ ਵੀ ਨਹੀਂ ਯਾਰ ਇਹ ਵਜ਼ਨ ਤੋਂ ਪਰਾਂ ਹੋ ਕੇ ਐਟਲੀਸਟ ਕਦੇ ਕਦੇ ਐਨ ਪੂਰੀ ਬਿਨਾਂ ਪਾਸ਼ਕੂ ਤੋਂ ਲੈ ਕੇ ਤਾਂ ਬੈਠੇ ਵੀ ਯਾਰ ਗੱਲ ਕੀ ਬਿਲਕੁਲ ਗੱਲ ਕੀ ਹੈ ਹੁਣ ਦੇਖੋ ਜਿਵੇਂ ਆਪਾਂ ਤੁਸੀਂ ਸਰੀ ਦੀ ਆਰ ਸੀ ਐੱਮ ਪੀ ਦੀ ਗੱਲ ਕੀਤੀ ਪਹਿਲੀ ਗੱਲ ਤਾਂ ਮੈਂ ਤੁਹਾਡੇ ਤੋਂ ਹੀ ਸ਼ੁਰੂ ਕਰਦਾ ਕਿ ਚਲੋ ਮੈਂ ਤੁਹਾਨੂੰ ਹੀ ਕੁਐਸਚਨ ਕਰ ਲਿਆ ਹਾਲਾਂਕਿ ਕੁਐਸਚਨ ਤਾਂ ਤੁਸੀਂ ਕਰਨੇ ਆ ਪਰ ਚਲੋ ਕੋਈ ਨਾ ਨੋ ਆਰ ਸੀ ਐੱਮ ਪੀ ਰਿਪਲੇਸ ਕਿਉਂ ਹੋ ਰਹੀ ਹੈ ਜੀ ਕਿਉਂ ਹੋ ਰਹੀ ਹੈ ਉਹਦੇ 'ਚ ਤਾਂ ਇਹੀ ਆ ਵੀ ਜਦ ਸਰੀ ਦੇ ਵਿੱਚ
ਜਿੱਥੋਂ ਗੱਲਬਾਤ ਚੱਲੀ ਹੈ ਜੀ ਜੀ 2018 ਦੀ ਜਿਹੜੀ ਗੱਲ ਹੋਈ ਵੇਕ ਅਪ ਸਰੀ ਦਾ ਹਾਂ ਵੇਕ ਅਪ ਸਰੀ ਤੋਂ ਮੈਂ ਉੱਥੇ ਉੱਥੇ ਗੱਲ ਲੈਣੀ ਚਾਹੁੰਦਾ ਹਾਂ ਆਰਗੇਨਾਈਜ਼ ਉਹਦੇ ਚ ਜ਼ੋਰ ਨਾਲ ਕੀਤਾ ਬਾਕੀ ਮੀਡੀਆ ਨੇ ਵੀ ਕੀਤਾ ਠੀਕ ਹੈ ਗੱਲ ਵੀ ਦੋ ਜਵਾਕ ਚੱਕੇ ਗਏ ਸਰੀ ਚੋਂ ਤੇ ਉਹਨਾਂ ਦਾ ਹਲੇ ਤੱਕ 2 ਸਾਲ ਹੋ ਗਏ ਕੋਈ ਥੌ ਪਤਾ ਨਹੀਂ ਥੌ ਪਤਾ ਨਹੀਂ ਉਹਦੇ ਤੇ ਗੱਲ ਹੋਈ ਬਈ ਯਾਰ ਇਹ ਆਰਸੀਐਮਪੀ ਦੀ ਕਾਰਗੁਜ਼ਾਰੀ ਠੀਕ ਨਹੀਂ ਇਹ ਅਕਾਊਂਟੇਬਲ ਨਹੀਂ ਹੈ ਇਹ ਮੇਅਰ ਨੂੰ ਗੱਲ ਹੀ ਉਦਣ ਪਹਿਲਾ ਦਿਨ ਲੋਕਾਂ ਨੇ ਹੱਥ ਖੜੇ ਕੀਤੇ ਜਦ ਕਿਹਾ ਸਟੇਜ ਤੋਂ ਵੀ ਭਾਈ ਸਰੀ 'ਚ ਪੁਲਿਸ ਚਾਹੀਦੀ ਆ ਲੋਕ 10,000 ਦੇ ਇਕੱਠ ਨੇ ਉਹਨਾਂ ਨੇ ਹੱਥ ਖੜੇ ਕਰਦੇ ਉਹਦੇ 'ਤੇ ਵੋਟਾਂ ਸ਼ੁਰੂ ਹੋਈਆਂ ਉਦਣ ਡਾਇਨ ਆਪਣੇ ਮੇਅਰ ਤਾਂ ਹੈ ਨਹੀਂ ਸੀ ਮਤਲਬ ਡਗਮਕਲਮ ਵੀ ਇਕੱਠ 'ਚ ਖੜੇ ਸੀ ਠੀਕ ਹੈ ਸੋ ਉੱਥੋਂ ਗੱਲ ਚੱਲੀ ਵੀ ਲੋਕਾਂ ਦੇ ਮਨ 'ਚ ਇਹ ਆ ਗਿਆ ਵੀ ਸਰੀ ਦੀ ਆਰਸੀਐਮਪੀ ਸਾਨੂੰ ਪ੍ਰੋਟੈਕਟ ਨਹੀਂ ਕਰ ਰਹੀ ਲੋਕਾਂ ਦੀਆਂ ਮਿਊਨਸਪੈਲਟੀਆਂ ਜਿਹੜੀਆਂ ਮਿਊਨਸਪੈਲਟੀਆਂ ਜਿਹੜੀਆਂ ਮਿਊਨਸਪੈਲਟੀ ਦੀ ਪੁਲਿਸ ਹੈ ਉਹ ਪ੍ਰੋਟੈਕਟ ਕਰ ਰਹੀ ਹੈ ਪਰ ਸੇਮ ਟੋਕਨ ਜਿਹੜੀ ਐਬਸਪੋਰਟ ਦੇ ਵਿੱਚ ਵੀ ਪੁਲਿਸ ਸੀ ਜੀ ਜੀ ਜਿੱਥੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਸੋ ਇਹ ਵੱਡੀ ਮੰਗ ਸੀ ਵੀ ਸਰੀ ਦੇ ਵਿੱਚ ਕਾਨੂੰਨ ਦੇ ਹਾਲਾਤ ਜਿਹੜੇ ਮਾੜੇ ਨੇ ਤੇ ਸਾਨੂੰ ਪੁਲਿਸ ਆਰਸੀਐਮਪੀ ਕੰਟਰੋਲ ਨਹੀਂ ਕਰ ਇੱਥੋਂ ਗੱਲ ਸਾਡੇ ਬੱਚੇ ਮਰ ਰਹੇ ਨੇ ਬਿਲਕੁਲ ਗੱਲ ਠੀਕ ਹੈ ਮੇਅਰ ਸਾਹਿਬ ਉੱਥੇ ਸੀ ਮੇਅਰ ਸਾਹਿਬ ਨੇ ਉਸ ਗੱਲ ਨੂੰ ਅਸੈਪਟ ਕੀਤਾ ਅਡੈਪਟ ਕੀਤਾ ਆਪਦੇ ਮੈਨੀਫੈਸਟ ਦੇ ਪਾਇਆ ਲੋਕਾਂ ਦੀ ਆਵਾਜ਼ ਨੂੰ ਸੁਣਿਆ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਉਹ ਅੱਗੇ ਲੈ ਕੇ ਗਏ ਉਹਨੂੰ ਜਿੱਤ ਪ੍ਰਾਪਤ ਕੀਤੀ ਹੁਣ ਗੱਲ ਤਾਂ ਇਹ ਬਿਲਕੁਲ ਜਾਇਜ਼ ਗੱਲ ਹੈ ਵੀ ਜਦੋਂ ਜਿੱਥੇ ਸਾਨੂੰ ਭਰੋਸਾ ਨਹੀਂ ਅਤੇ ਅਸੀਂ ਉਹਦੇ ਅਗੇਂਸਟ ਸਾਨੂੰ ਜਿਹੜੀ ਚੀਜ਼ ਦੀ ਸਮਝ ਨਹੀਂ ਜਾਂ ਸਾਨੂੰ ਇਹ ਪਤਾ ਲੱਗ ਰਿਹਾ ਕਿ ਸਾਡੇ ਬੱਚੇ ਮਰ ਰਹੇ ਆ ਤਾਂ ਅਸੀਂ ਹੋਰ ਕਰਾਂਗੇ ਵੀ ਕੀ ਬਿਲਕੁਲ ਇਹੀ ਮੰਗ ਕਰਾਂਗੇ ਨਾ ਇਹੀ ਮੰਗ ਤੁਹਾਡੀ ਜਾਇਜ਼ ਸੀ ਔਰ ਉਸ ਤਰ੍ਹਾਂ ਹੋ ਗਿਆ ਹੁਣ ਕੀ ਗੱਲ ਹੈ ਬੋਰਡ ਬਣ ਗਿਆ ਬੋਰਡ ਦੀਆਂ ਮੀਟਿੰਗਾਂ ਹੋ ਗਈਆਂ ਗੱਲ ਜਿਹੜੀ ਦੇਖਣ ਵਾਲੀ ਹੈ ਨਾ ਗੱਲ ਦੇਖਣ ਵਾਲੀ ਇਹ ਆ ਕਿ 2-3 ਗੱਲਾਂ ਜੇ ਤਾਂ ਆਪਾਂ ਇਹਨੂੰ ਪੈਸੇ ਨਾਲ ਤੋਲੀਏ ਤਾਂ ਪੈਸਾ ਜਾਨਾਂ ਤੋਂ ਵੱਧ ਕੀਮਤ ਨਹੀਂ ਹੁੰਦਾ ਮੈਂ ਕਹਿੰਦਾ ਭਾਵੇਂ 3 ਗੁਣਾ ਟੈਕਸ ਲੱਗ ਜੇ ਜਾਨਾਂ ਬਚਦੀਆਂ ਸਾਨੂੰ ਕੋਈ ਪ੍ਰੋਬਲਮ ਅਸੀਂ ਘਰੇ ਸੁਰੱਖਿਅਤ ਚਾਹੀਦੇ ਘਰੇ ਸੁਰੱਖਿਅਤ ਚਾਹੀਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਵਧਣਗੇ ਟੈਕਸ ਦਾ ਵਧਣਗੇ ਨਵੀਂ ਚੀਜ਼ ਬਣਾਉਣੀ ਕੋਈ ਪ੍ਰੋਬਲਮ ਨਹੀਂ ਹਾਂ ਪਰ ਅਸੀਂ ਕਿਤੇ ਇਹੋ ਜਿਹੀ ਕੋਈ ਚੀਜ਼ ਤਾਂ ਨਹੀਂ ਕਰਨ ਜਾ ਰਹੇ ਕਿ ਟੈਕਸ ਲੱਗ ਜਾਣ ਖਰਚੇ ਹੋ ਜਾਣ ਤੇ ਪ੍ਰਣਾਲਾ ਉੱਥੇ ਦਾ ਉੱਥੇ ਰਹਿ ਜੇ ਉਹ ਕੁਝ ਖਦਸ਼ੇ ਆ ਅੱਛਾ ਜੀ ਉਹ ਲੋਕਾਂ 'ਚ ਵੀ ਖਦਸ਼ੇ ਲੋਕਾਂ ਦੀ ਗੱਲ ਹੈ ਆਪਾਂ ਲੋਕਾਂ ਦੀ ਹੀ ਗੱਲ ਕਰਨੀ ਹੈ ਬਿਲਕੁਲ ਕਿਉਂਕਿ ਲੋਕ ਕੀ ਚਾਹੁੰਦੇ ਆ ਲੋਕ ਹੁਣ ਇਸ ਵੇਲੇ ਲੋਕ ਇਨੋਸੈਂਟ ਆ ਲੋਕ ਕਨਫਿਊਜ਼ਡ ਹੈ ਕਿਉਂਕਿ ਇੱਕ ਪਾਸੇ ਤਾਂ ਜਿਵੇਂ ਹੁਣ ਆਹ ਬਲਤੇਜ ਢਿੱਲੋਂ ਹੋ ਗਿਆ ਡਾਇਨ ਵਾਟਸ ਹੋ ਗਈ ਬੌਬ ਬੋਸ ਜਿਹੜੇ ਸਾਬਕਾ ਚੇਅਰਮੈਨ ਆਪਣੇ ਮੇਅਰ ਰਹੇ ਹੈ ਇੱਕ ਫਿਰ ਐਕਟਿਵਿਸਟ ਹੈ ਮਾਈਕ ਮਸਗਰੂਵ ਇਹ ਜਿਹੜੇ ਐਕਟਿਵਿਸਟ ਪੈਂਫਲੇਟ ਬਣਿਆ ਇੱਕ ਐਲੀਨ ਮੋਹਨ ਹੈ ਜਿਹੜੀ ਵਿਕਟਮਸ ਲੋਕ ਹੁੰਦੇ ਆ ਉਹਨਾਂ ਦੀ ਐਡਵੋਕੇਸੀ ਕਰਦੀ ਹੈ ਬਿਲਕੁਲ ਜਿਹਦਾ ਮੁੰਡਾ ਮਾਰਿਆ ਸੀ ਐਗਜ਼ੈਕਟਲੀ ਹੈਨਾ ਹੁਣ ਜਿਹੜੇ ਇਹ 5 ਬੰਦੇ ਗੱਲ ਕਹਿ ਰਹੇ ਆ ਵਸਾਰਿਆ ਤਾਂ ਇਹਨੂੰ ਵੀ ਨਹੀਂ ਜਾ ਸਕਦਾ ਕਿਉਂਕਿ ਇਹ ਵੀ ਜ਼ਿੰਮੇਵਾਰ ਹੈ ਮਤਲਬ ਸਿਟੀ ਸਰੀ ਦੇ ਨਾਗਰਿਕ ਸਰੀ ਦੇ ਨਾਗਰਿਕ ਹੈ ਸਰੀ ਦੀਆਂ ਅਹਿਮ ਪੋਸਟਾਂ ਤੇ ਰਹੇ ਆ ਤਜਰਬਾ ਹੈ ਨਾ ਤਾਂ ਇਹਨਾਂ ਦੀ ਗੱਲ ਨੂੰ ਵਸਾਰਿਆ ਜਾ ਸਕਦਾ ਤੇ ਨਾ ਮਕਲਮ ਸਾਹਿਬ ਦੀ ਫਤਵੇ ਨੂੰ ਵਸਾਰਿਆ ਜਾ ਸਕਦਾ ਬਿਲਕੁਲ ਠੀਕ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਹੈ ਬਿਲਕੁਲ ਹੈ ਨਾ ਹੁਣ ਸਮ ਟਾਈਮਸ ਉਹਦੇ 'ਚ ਫਿਰ ਮੰਗ ਕੀ ਹੈ ਹੋਣਾ ਕੀ ਚਾਹੀਦਾ ਹੋਣਾ ਇਹ ਚਾਹੀਦਾ ਕਿ ਕੁਛ ਵੀ ਕਰਨ ਤੋਂ ਪਹਿਲਾਂ ਉਹਦੀ ਇੱਕ ਰਿਪੋਰਟ ਬਣਦੀ ਹੈ ਰਿਪੋਰਟ ਹੁਣ ਮੰਨ ਲਓ ਵੀ ਕ੍ਰਾਈਮ ਦੀ ਗੱਲ ਸੀ ਕੁਛ ਵੀ ਐਡਾ ਵੱਡਾ ਸਟੈਪ ਹੋਣ ਤੋਂ ਪਹਿਲਾਂ ਨਾ ਵੋਟਾਂ ਵੀ ਪੈ ਜਾਂਦੀਆਂ ਹੁੰਦੀਆਂ ਸਮਟਾਈਮਸ ਉਹਦੇ ਵਰਡਿਕਟ ਉਲਟ ਵੀ ਲਿਆਉਣੇ ਪੈ ਜਾਂਦੇ ਹੁੰਦੇ ਆ ਪਰ ਹੁਣ ਫਤਵਾ ਕਿਸ ਗੱਲ 'ਤੇ ਦਿੱਤਾ ਕਿ ਕ੍ਰਾਈਮ ਹੋ ਰਿਹਾ ਬਿਲਕੁਲ ਕ੍ਰਾਈਮ ਕੰਟਰੋਲ ਹੋਣਾ ਚਾਹੀਦਾ ਕ੍ਰਾਈਮ ਕੰਟਰੋਲ ਹੋਣਾ ਚਾਹੀਦਾ ਬਿਲਕੁਲ ਕੀ ਕੋਈ ਐਸੀ ਰਿਪੋਰਟ ਤੁਸੀਂ ਸੁਣੀ ਅੱਜ ਤੱਕ ਵੀ ਜੀ ਪਹਿਲਾਂ ਹਮੇਸ਼ਾ ਰਿਪੋਰਟ ਹੀ ਬਣਦੀ ਹੈ ਨਾ ਕਿਸੇ ਵੀ ਗੱਲ ਦੀ ਜਿੱਥੇ ਹਿਊਜ ਐਕਸਪੈਂਸ ਇਨਵੋਲਵ ਆ ਪਹਿਲਾਂ ਤਾਂ ਰਿਪੋਰਟ ਬਣਨੀ ਚਾਹੀਦੀ ਹੈ ਬਿਲਕੁਲ ਕੋਈ ਤੁਸੀਂ ਅੱਜ ਤੱਕ ਕੋਈ ਰਿਪੋਰਟ ਐਸੀ ਸੁਣੀ ਹੋਵੇ ਜਾਂ ਆਪਾਂ ਇਸ ਮੰਚ ਤੋਂ ਲੋਕਾਂ ਨੂੰ ਵੀ ਇਨਵਾਈਟ ਕਰਦੇ ਹਾਂ ਵੀ ਜੇ ਤੁਸੀਂ ਕਿਸੇ ਨੇ ਸੁਣੀ ਹੋਵੇ ਜਾਂ ਦੇਖੀ ਹੋਵੇ ਉਹ ਜ਼ਰੂਰ ਲਿਆਓ ਇਸ ਮੰਚ 'ਤੇ ਕਿ ਇਹ ਕਰਨ ਦੇ ਨਾਲ ਕਿੰਨੇ % ਕ੍ਰਾਈਮ ਘਟੂਗਾ ਹੋਣਾ ਚਾਹੀਦਾ ਨਾ ਉਹਦੇ ਹਿਸਾਬ ਤੇ ਹੀ ਮਤਲਬ ਆਪਾਂ ਆਪਣਾ ਰਿਪਲੇਸਮੈਂਟ ਕਰਾਂਗੇ ਨਾ ਠੀਕ ਉਹ ਪ੍ਰਪੋਜ਼ਲ ਤਾਂ ਉਹਦੇ ਹਿਸਾਬ ਨਾਲ ਹੀ ਬਣੂਗੀ ਬਿਲਕੁਲ ਮੇਰਾ ਖਿਆਲ ਨਹੀਂ ਹਜੇ ਤੱਕ ਕਿਸੇ ਐਕਸਪਰਟ ਨੇ ਇਹ ਰਿਪੋਰਟ ਲਿਆ ਕੇ ਦਿੱਤੀ ਹੋਵੇ ਜਾਂ ਕਿਸੇ ਨੇ ਇਹ 'ਤੇ ਵਰਕ ਕੀਤਾ ਹੋਵੇ ਜਾਂ ਕੋਈ ਰੀਸਰਚ ਸਾਹਮਣੇ ਆਈ ਹੋਵੇ ਜਾਂ
सिटी ऑफ सरी ने ही यह गल की हो चीज जरूर लोगों के होनी चाहिए है। सरी पुलिस के मॉडल के नाल आ चीज ए हो आ चीज ए हो जूगी इन्ने परसेंट भी क्राइम घट जूगा क्योंकि मेन तो गल तो क्राइम घट रौला उ है। हुण दूजे पासे आ गई गल वर्दी चाहे नीली पवा लो चाहे पीली पवा लो चाहे लाल पवा लो जे वर्दी बदलने दे नाल ही ये काम होना हुंदा ते फिर तो आरसीएमपी कर लेंदी। बिल्कुल ठीक है वर्दी बदलने दे नाल नहीं गल होनी सिस्टम इन प्लेस की है वो की है केड़ी ओह अलादीन दा चिराग है जिदे नाल असीं क्राइम नू कटावांगे। बिल्कुल ठीक है ठीक है हुण घटना किवें है क्राइम जे दूजे पासे जे आपां क्वालिटी दी गल करिए भी सिटी पुलिस दी जी क्वालिटी बहुत वधिया होगी पुलिस ऑफिसर्स दी क्वालिटी बहुत वधिया होगी 70% तां आरसीएमपी वाले आउणे आउणे है। आ गई गल स्कूल ओह है जिथों ट्रेंड होके आ गई गल स्कूल ओह है जिवें हुण तुसीं गल कीती भी स्कूल तां कोई होर डिफरेंट है नहीं उन्ना ही स्कूलां च ट्रेंड है सेम ट्रेनिंग है सेम सारा कुछ है सेम कानून है उन्हां दे थल्ले काम करना है जी ठीक है भी वह किमें कि ऐसी चीज़ है भी जी इन्हों के कोल तोप आ जूगी भी जिदे नाल कि तोप के डर तो ही लोग भज्या करनगे ठीक उही वैपन रहने हैं उही सारा कुछ उही ट्रेनिंग उही पुलिस उही क्रूजर है उही क्रूजर गल इत्थे आके खड़दी है कि इस वेले जे असी कंपैरिजन करिए ना सरी का कंपैरिजन वैनकूवर दे नाल कीता जा सकता है छोटे जे हुण डेल्टा नाल करिए एप्पल नूं ऑरेंज नाल करन दी गल है डेल्टे दी डेमोग्राफिक होर है लैंडलॉक बॉर्डर ने लैंडनर टवास ने ਮੈਨੂੰ ਇਸ ਮੈਨੂੰ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਮੇਰੀ ਨੌਲੇਜ 'ਚ ਵਾਧਾ ਕੀਤਾ ਸੀ ਕਿ ਇਹ ਫੈਕਟਰ ਨਹੀਂ ਕੰਸਿਡਰ ਕੀਤਾ ਜਾ ਸਕਦਾ ਤੁਸੀਂ ਮੈਨੂੰ ਆਪ ਕਮਿਊਨਿਟੀ ਹੋਰ ਬਿਲਕੁਲ ਕਮਿਊਨਿਟੀ ਬਿਲਕੁਲ ਹੁਣ ਜੇ ਕਮਿਊਨਿਟੀ ਦੀ ਗੱਲ ਹੀ ਕਰ ਲਈਏ ਤਾਂ ਕਮਿਊਨਿਟੀ ਉਹ ਮੈਂ ਆਮ ਸੌਰੀ ਟੂ ਸੇ ਮੈਂ ਆਪਣਾ ਆਪਣੀ ਕਮਿਊਨਿਟੀ ਦੀ ਗੱਲ ਇਉਂ ਨਹੀਂ ਕਰਦਾ ਇੱਕ ਕਮਿਊਨਿਟੀ ਉਹ ਹੁੰਦੀ ਹੈ ਜਿਹੜੀ ਕ੍ਰਾਈਮ ਹੁੰਦਿਆਂ ਸਾਰ ਰਿਪੋਰਟ ਕਰਦੀ ਹੈ ਬਿਲਕੁਲ ਉਸੇ ਵੇਲੇ ਫੋਨ ਕਰਦੀ ਹੈ ਬਿਲਕੁਲ ਅਸੀਂ ਉਹ ਕਮਿਊਨਿਟੀ ਜਿਹੜੇ ਡਰ ਜਾਂਦੇ ਹਾਂ ਅਸੀਂ ਕਹਿੰਦੇ ਨਾ ਯਾਰ ਮੈਂ ਦੁਸ਼ਮਣੀ ਕਾਹਦੇ ਹੱਥੇ ਪਾਵਾਂ ਤੇ ਇਕੱਲਾ ਪੁਲਿਸ ਅਫੀਸਰ ਉੱਥੇ ਕੀ ਕਰੂਗਾ ਤੁਸੀਂ ਟ੍ਰੀ ਵੱਢਦੇ ਹੋਵੋ ਤੁਸੀਂ ਕਦੇ ਨਹੀਂ ਕਰੋਗੇ ਗੁਆਂਢੀ ਗੋਰਾ ਗੁਆਂਢੀ ਗੋਰਾ ਉਹ ਫੋਨ ਕਰ ਦੂਗਾ ਠੀਕ ਹੈ ਅਸੀਂ ਕਹਿੰਦੇ ਵੀ ਨਹੀਂ ਇਹ ਫਰਕ ਹੈ ਜਿਹੜੀ ਆ ਤੁਸੀਂ ਪਹਿਲਾਂ ਗੱਲ ਕਹਿ ਕੇ ਹਟੇ ਹੋ ਔਰ ਇਹ ਰਹਿਣਾ ਦਾ ਇਹ ਰਹਿਣਾ ਵੀ ਹੈ ਇਹ ਚੇਂਜ ਨਹੀਂ ਹੋਣਾ ਹੁਣ ਆ ਗਈ ਅਗਲੀ ਗੱਲ ਸਾਨੂੰ 1200 ਪੁਲਿਸ ਅਫਸਰ ਦੀ ਲੋੜ ਹੈ ਠੀਕ ਜੇ ਪਰ ਕੈਪੀਟਾ ਸਾਰਾ ਕੁਝ ਕੈਲਕੂਲੇਟ ਕਰੀਏ ਨਾ ਤੇ ਸਰੀ ਦੇ ਵਿੱਚ ਅੱਜ 1200 ਪੁਲਿਸ ਅਫਸਰ ਦੀ ਲੋੜ ਹੈ ਆਰਸੀਐਮਪੀ 800 ਪੁਲਿਸ ਅਫਸਰ ਹੈ ਜੀ ਜੇ ਅਸੀਂ ਉਹਨੂੰ ਕ੍ਰਾਈਮ ਨੂੰ ਜਿਹੜੀ ਆਪਾਂ ਪਰਸੈਂਟੇਜ ਦੀ ਗੱਲ ਕੀਤੀ ਸੀ ਕ੍ਰਾਈਮ ਨੂੰ ਘਟਾਉਣ ਦੀ ਗੱਲ ਕੀਤੀ ਸੀ ਤਾਂ ਸਾਨੂੰ ਨੰਬਰ ਆਫ ਪੁਲਿਸ ਅਫੀਸਰਸ ਵਧਾਉਣੇ ਪੈਣੇ ਆ ਬਿਲਕੁਲ ਪੈਟਰੋਲਿੰਗ ਚਾਹੀਦੀ ਆ ਸੜਕਾਂ ਤੇ ਚਾਹੀਦੀ ਆ ਸਾਰਾ ਕੁਝ ਗਸ਼ ਚਾਹੀਦੀ ਤਾਂ ਹੀ ਹੋਊ ਨਾ ਕੰਟਰੋਲ ਤਾਂ ਆਬਵੀਅਸਲੀ ਉਹ ਅਸੀਂ 800 ਦੀ ਬਜਾਏ ਮੇਰੀ ਜਿੱਥੋਂ ਤੱਕ ਹੋ ਸਕਦਾ ਮੈਂ ਗਲਤ ਹੋਵਾਂ ਜੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ ਮੇਰੇ ਹਿਸਾਬ ਦੇ ਨਾਲ ਉਹ ਸੇਮ ਨੰਬਰ ਹੀ ਹੈ ਨਵੀਂ ਪੁਲਿਸ ਦੇ ਵਿੱਚ ਮੇਰੀ ਸਮਝ ਮੁਤਾਬਕ ਜਾਂ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਹੈ ਜੇ ਕਿਸੇ ਕੋਲ ਹੋਵੇ ਇਨਫੋਰਮੇਸ਼ਨ ਉਹ ਲਿਆਵੇ ਠੀਕ ਹੈ ਜੀ ਹੁਣ ਜੇ ਸੇਮ ਨੰਬਰ ਹੀ ਉਹ ਕਰਨੇ ਆ ਤੇ ਸੇਮ ਨੰਬਰ ਹੀ ਉਹ ਪੁਲਿਸ ਅਫੀਸਰ ਉਹ ਰਹਿਣੇ ਆ ਟ੍ਰੇਨਿੰਗ 'ਚ ਕੋਈ ਫਰਕ ਹੈ ਨਹੀਂ ਲਾਅ 'ਚ ਕੋਈ ਫਰਕ ਹੈ ਨਹੀਂ ਵੈਪਨ 'ਚ ਕੋਈ ਫਰਕ ਹੈ ਨਹੀਂ ਵੀ ਕਿ ਉਹਨਾਂ ਨੂੰ ਕੋਈ ਹੋਰ ਡਿਫਰੈਂਟ ਟਾਈਪ ਦੇ ਦੇਣੇ ਆ ਜਾਂ ਉਹਨਾਂ ਦੀ ਕੋਈ ਹੋਰ ਤਰ੍ਹਾਂ ਦੀ ਉਹਨਾਂ ਨੂੰ ਐਜੂਕੇਸ਼ਨ ਦੇਣੀ ਹੈ ਜਾਂ ਉਹਨਾਂ ਨੂੰ ਕੋਈ ਡਿਫਰੈਂਸ ਨਹੀਂ ਹੈ ਜਸਟਿਸ ਇੰਸਟੀਚਿਊਟ ਨੇ ਜਸਟਿਸ ਇੰਸਟੀਚਿਊਟ ਦੇ ਵਿੱਚ ਹੀ ਉਹ ਟ੍ਰੇਨਿੰਗ ਆਰਸੀਐਮਪੀ ਨੇ ਆਪਣੇ ਟ੍ਰੇਨਿੰਗ ਸੈਂਟਰ ਰਜਾਈਨਾ ਤੋਂ ਆਉਣੇ ਆ ਰਜਾਈਨਾ ਤੋਂ ਆਉਣੇ ਆ ਠੀਕ ਹੈ ਹੁਣ ਜੇ ਉਹ ਫਰਕ ਨਹੀਂ ਤੇ ਫਿਰ ਉਹ 800 ਬੰਦੇ ਤੇ ਉਹ 800 ਬੰਦੇ ਫਿਰ ਕੀ ਬੰਦੇ ਹੀ ਬਦਲੇ ਨਾ ਇੱਕ ਵਰਦੀ ਬਦਲੀ ਫਿਰ ਉਹ ਕਿਵੇਂ ਕੰਟਰੋਲ ਕਰਨਗੇ ਪਰ ਲੋਕਾਂ ਨੇ ਫਤਵਾ ਦਿੱਤਾ ਜੀ ਨਹੀਂ ਲੋਕਾਂ ਨੇ ਤਾਂ ਫਤਵਾ ਦਿੱਤਾ ਆਹੀ ਤਾਂ ਗੱਲ ਆਪਾਂ ਕਹਿੰਦੇ ਹਾਂ ਵੀ ਲੋਕਾਂ ਨੂੰ ਆ ਕੇ ਕੋਈ ਦੱਸੋ ਤਾਂ ਸਹੀ ਵੀ ਭਾਈ ਭਲਿਓ ਮਾਨਸੋ ਸਾਰੀ ਗੱਲ ਇਹ ਕਹਿ ਤਾਂ ਦਿੱਤੀ ਵੀ ਬਦਲ ਦਿਆਂਗੇ ਲੋਕਾਂ ਦਾ ਵੇਖੋ ਲੋਕਾਂ ਦਾ ਇੱਕ ਦੁੱਖ ਹੈ ਉਹਨਾਂ ਦੇ ਬੱਚੇ ਮਰ ਰਹੇ ਹੈ ਲੋਕਾਂ ਨੇ ਤਾਂ ਇਹ ਕਹਿਣਾ ਵੀ ਇਹਨੂੰ ਕੰਟਰੋਲ ਕਰਿਓ ਸਾਨੂੰ ਨਹੀਂ ਪਤਾ ਉੱਥੇ ਆ ਕੇ ਆਈਡੀਆ ਸੀ ਚਲੋ ਸਾਡੇ ਵੱਲੋਂ ਦਿੱਤਾ ਗਿਆ ਜਾਂ ਕਿਸੇ ਹੋਰ ਵੱਲੋਂ ਦਿੱਤਾ ਗਿਆ ਵੀ ਆਰਸੀਐਮਪੀ ਕੁਛ ਨਹੀਂ ਕੰਮ ਕਰਦੀ ਤੇ ਅਸੀਂ ਆਰਸੀਐਮਪੀ ਨੂੰ ਕਹਿੰਦਾ ਬਦਲ ਦਿਓ ਲੋਕਾਂ ਦਾ ਮਕਸਦ ਆਰਸੀਐਮਪੀ ਬਦਲਣ ਨਾਲ ਸ਼ਾਇਦ ਨਾ ਹੋਵੇ ਲੋਕਾਂ ਦਾ ਮਕਸਦ ਤਾਂ ਇਹ ਹੈ ਵੀ ਕ੍ਰਾਈਮ ਘਟੇ ਆਬਵੀਅਸਲੀ ਅਸੀਂ ਘਰਾਂ ਦੇ ਵਿੱਚ ਸੇਫ ਰਹੀਏ ਇੱਥੇ ਹੀ ਆਰਸੀਐਮਪੀ ਸੀ ਸਾਲਾਂ ਦੀ 1950 ਤੋਂ ਇੱਥੇ 70 ਸਾਲ ਤੋਂ ਇੱਥੇ ਮਤਲਬ ਉਹੀ ਆਰਸੀਐਮਪੀ ਕੰਮ ਕਰੀ ਜਾਂਦੀ ਹੁਣ ਅਗਲੀ ਗੱਲ ਆ ਗਈ ਕਿ ਜੇਕਰ ਇਹ 800 ਅਫਸਰਾਂ ਲਈ ਫੇਰ ਕੰਮ ਕਰਨਾ ਹੈ ਤਾਂ ਫਿਰ ਉਹ ਘਟਿਆ ਘਟੂ ਕਿਵੇਂ ਕ੍ਰਾਈਮ ਕਿਵੇਂ ਘਟੂਗਾ ਜੀ ਪੈਂਫਲੇਟ ਵੀ ਇਹੀ ਕਹਿੰਦਾ ਹੁਣ ਇਸ ਤੋਂ ਜਿਹੜੀ ਮੈਂ ਅਗਲੀ ਗੱਲ ਦੱਸਾਂ ਜੀ ਕੁਆਲਿਟੀ ਵੀ ਅਫੀਸਰ ਦੀ ਸੇਮ ਹੋ ਗਈ ਨੰਬਰ ਆਫ ਅਫੀਸਰਸ ਵੀ ਨੇੜੇ ਤੇੜੇ ਸੇਮ ਹੋ ਗਏ ਅਗਲੀ ਗੱਲ ਜਦੋਂ ਵੀ ਸਿਟੀ ਪੁਲਿਸ ਆਉਣੀ ਹੈ ਉਹਦੇ ਜਿਹੜੇ ਕੰਟਰੈਕਟ ਹੋਣੇ ਆ ਉਹ ਯੂਨੀਅਨਾਈਜ਼ਡ ਫੋਰਸਾਂ ਹੋਣੀਆਂ ਆਬਵੀਅਸਲੀ ਔਰ ਉਹਨਾਂ ਦੇ ਵਿੱਚ ਇਹ ਕੰਟਰੈਕਟ 'ਚ ਲਿਖਿਆ ਜਾਣਾ
कि एक कार दे विच दो पुलिस इंप्लॉई होने पुलिस मुलाजम होने चाहिए। देखते हैं आप वैनकूवर पुलिस, वैनकूवर पुलिस आप देखते हैं, होर थावां ते आप देखते हैं, पर आर सी एम पी वाला एक होंगे बिल्कुल। हुण जे 800 बंदा काम करता, जे आप मान लीए 300 बंदा एट ए टाइम एक शिफ्ट च काम करता, ठीक ठीक है, 300 कार तुरी फिरदी है साडे सरी दे विच, ठीक है, ते जे ओ 300 कार तुरी फिरदी है, बंदे सेम है, फोर्स कोई वध नहीं रही है, ते दा मतलब 150 कार चक्कर लाऊगी। हाँ, जे दो हो गए तो 150, दो हो गए तो 150 कार तुरूगी ना गलियां दे विच, फिर पेट्रोलिंग तां घट गई, जे पेट्रोलिंग घट गई तो क्राइम फिर घटूगा कि क्राइम बधूगा। एक एक क्राइम क्राइम करने वाला बंदा है, वो जगह पालता है कि मैं सेफ कित्थे आ, मैं लुक कित्थों सकदा, कित्थों भज सकदा, किवें मैं गोली चला के इधरों सेफ है। एक पासे 300 कार सरी दियां गलियां चक्कर ला रही है, एक पासे 150 कार सरी दियां गलियां चक्कर ला रही है, फिर ठीक की है? तो मतलब कहण दा ये बहुत चीज़ां ऐसा मंग कर दियां जिहड़ियां लोकां दे हिट दे विच शायद होण ना। ਆਪਾਂ ਨਹੀਂ ਕਹਿੰਦੇ ਆਪਾਂ ਐਕਸਪਰਟ ਨਹੀਂ, ਆਪਾਂ ਤਾਂ ਰਿਸਰਚ ਬੇਸ ਦੀ ਗੱਲ ਕਰ ਸਕਦੇ ਹਾਂ, ਪਰ ਅਸੀਂ ਇਹ ਕਹਿੰਦੇ ਹਾਂ ਵੀ ਕੋਈ ਨਾ ਕੋਈ ਐਸੇ ਲੋਕ ਆਉਣ, ਐਸੇ ਲੋਕ ਸਾਹਮਣੇ ਆਉਣ ਜਿਹੜੇ ਇਹਨਾਂ ਚੀਜ਼ਾਂ ਨੂੰ ਕਲੈਰੀਫਾਈ ਕਰਨ ਕਿ ਕਿਵੇਂ ਹੋਊਗਾ। ਇੱਕੋ ਹੀ ਗੱਲ ਦਾ ਖਦਸ਼ਾ ਹੈ ਵੀ ਕਿਤੇ ਇਹ ਨਾ ਹੋਵੇ ਕਿ ਬੰਦੇ ਵੀ ਬਦਲ ਲਈਏ, ਪੁਲਿਸ ਵੀ ਬਦਲ ਲਈਏ, ਸਾਰਾ ਕੁਝ ਬਦਲ ਲਈਏ, ਖਰਚਾ ਵੀ ਵਧਾ ਲਈਏ, ਖਰਚਾ ਵੀ ਵਧਾ ਲਈਏ, ਖਰਚੇ ਦੀ ਗੱਲ ਚਲੋ ਫਿਰ ਵੀ ਮੰਨਦੇ ਹਾਂ, ਫਿਰ ਵੀ ਆਪਾਂ ਮੰਨਦੇ ਵੀ ਹਾਂ, ਪਰ ਖਰਚਾ ਆਪਾਂ ਅਗਲੀ ਵਾਰੀ ਦੱਸਾਂਗੇ ਵੀ ਕਿੰਨਾ ਵਧਣਾ, ਕਿਵੇਂ ਕਿਵੇਂ ਕਿੰਨੀ ਸਬਸਿਡੀ ਉਹਨਾਂ ਨੂੰ ਮਿਲਦੀ ਹੈ ਆਰ ਸੀ ਐਮ ਪੀ ਨੂੰ ਜਿਹੜੀ ਕਿ ਇਹਨਾਂ ਨੂੰ ਨਹੀਂ ਮਿਲਣੀ, ਕਿੰਨੇ ਪਰਸੈਂਟ ਇਹਨਾਂ ਦੀਆਂ ਤਨਖਾਹਾਂ, ਕਿੰਨਾ ਮਤਲਬ ਉਹ ਆਪਾਂ ਵੱਖਰਾ ਇਸ਼ੂ ਹੈ। ਪਰ ਜੇ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਇਸ਼ੂ ਦੇ ਵਿੱਚ ਆਪਾਂ ਇਸ ਗੱਲ ਨੂੰ ਮਾਈਨਸ ਵੀ ਕਰ ਦਈਏ ਵੀ ਚਲੋ ਯਾਰ ਖਰਚਾ ਕੋਈ ਗੱਲ ਨਹੀਂ, ਬਸ ਜੇ ਟੈਕਸ ਅਸੈਪਟ ਵੀ ਕਰ ਲਿਆ ਜਾਵੇ, ਤਾਂ ਕੀ ਅਸੀਂ ਫਿਰ ਜਿਹੜਾ ਕੰਮ ਕਰਨ ਜਾ ਰਹੇ ਹਾਂ ਉਹ ਸਾਡਾ ਮਸਲਾ ਹੱਲ ਵੀ ਹੋਊਗਾ ਕਿ ਨਹੀਂ ਹੋਊਗਾ? ਕਿਉਂਕਿ ਇੱਕ ਪਾਸੇ ਇਹ ਐਕਸਪਰਟ ਕਹਿ ਰਹੇ ਆ, ਆ ਜਿਹੜਾ ਲੀਫਲੇਟ ਆਪਣੇ ਕੋਲ ਆ, ਤੁਸੀਂ ਲੈ ਆਇਓ, ਮਤਲਬ ਤੁਸੀਂ ਵੀ ਪੜ੍ਹੀ ਜਾਂਦੇ ਸੀ ਬੈਠੇ, ਬਿਲਕੁਲ ਬਿਲਕੁਲ। ਇੱਕ ਪਾਸੇ ਤਾਂ ਇਹ ਵੀ ਐਕਸਪਰਟ ਕਹਿ ਰਹੇ ਆ, ਇਹਨਾਂ ਨੂੰ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ, ਜਿੱਦਾਂ ਕੋਈ ਆਰਡੀਨਰੀ ਬੰਦਾ ਗੱਲ ਕਰਦਾ ਹੋਵੇ ਨਾ, ਚਲੋ ਆਪਾਂ ਕਹਿ ਦਈਏ ਵੀ ਭਾਈ ਉਹਦੀ ਕਿਹੜਾ ਕੋਈ ਰਿਸਰਚ ਹੈ ਜਾਂ ਕੁਛ ਹੈ। ਇੱਕ ਪਾਸੇ ਮੇਅਰ ਸਾਹਿਬ ਕਹਿ ਰਹੇ ਆ, ਮੇਅਰ ਸਾਹਿਬ ਪਬਲਿਕ ਦੀ ਗੱਲ ਕਰ ਰਹੇ ਆ ਕਿਉਂਕਿ ਪਬਲਿਕ ਨੇ ਚੁਣਿਆ, ਓਬਵੀਅਸਲੀ ਉਹ ਕਹਿੰਦੇ ਮੈਨੂੰ ਇਹ ਚੀਜ਼ ਤੇ ਲੋਕਾਂ ਨੇ ਚੁਣਿਆ, ਮੈਂ ਇਸ ਚੀਜ਼ ਤੋਂ ਪਿੱਛੇ ਮੈਂ ਪਿੱਛੇ ਨਹੀਂ ਹਟਣਾ। ਅੱਛਾ, ਹੁਣ ਜਾਇਜ਼ ਗੱਲ ਹੈ, ਇਹ ਵੀ ਗੱਲ ਜਾਇਜ਼ ਆ ਉਹਨਾਂ ਦੀ, ਪਰ ਦੂਜੇ ਪਾਸੇ ਗੱਲ ਇੱਕੋ ਹੀ ਹੈ ਕਿ ਕੀ ਕਾਰਨ ਹੈ ਇਹਦੇ, ਇਹ ਵਿਰੋਧਤਾ ਕਿਉਂ ਹੋ ਰਹੀ ਹੈ? ਨਹੀਂ, ਇੱਕ ਤਾਂ ਵਿਰੋਧਤਾ ਹੋ ਰਹੀ ਹੈ, ਇੱਕ ਫਿਰ ਜੇ ਵਿਰੋਧਤਾ ਹੋ ਵੀ ਰਹੀ ਹੈ ਤਾਂ ਉਹ ਗੱਲਾਂ ਕਲੈਰੀਫਾਈ ਲੋਕਾਂ ਨੂੰ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਘੱਟੋ ਘੱਟ ਲੋਕਾਂ ਦਾ ਇਹ ਤਾਂ ਹੱਕ ਹੈ ਨਾ ਕਿ ਉਹ ਜਾਣਨ। ਠੀਕ ਆ, ਲੋਕਾਂ ਨੇ ਫਤਵਾ ਦਿੱਤਾ, ਫਤਵੇ ਹੋ ਜਾਂਦੇ ਹੁੰਦੇ ਆ, ਪਰ ਫਤਵੇ ਵੇਲੇ ਲੋਕਾਂ ਦੇ ਕੋਲੇ ਸਹੀ ਇਨਫੋਰਮੇਸ਼ਨ ਤਾਂ ਨਹੀਂ ਸੀ ਨਾ। ਲੋਕਾਂ ਦਾ ਤਾਂ ਇੱਕੋ ਹੀ ਮੰਗ ਸੀ ਕਿ ਕ੍ਰਾਈਮ ਕੰਟਰੋਲ, ਸਾਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰੋ। ਲੋਕ ਤਾਂ ਅਸੈਪਟ ਕਰਕੇ, ਲੋਕ ਕਹਿੰਦੇ ਯਾਰ ਟੈਕਸ ਵੀ ਵਧਾ ਲਿਓ, ਕੋਈ ਗੱਲ ਨਹੀਂ, ਪਰ ਕੀ ਸਾਡੇ ਕੋਲੇ ਉਹ ਚੀਜ਼ਾਂ ਹੈ ਅਵੇਲੇਬਲ, ਜਾਂ ਅਸੀਂ ਉਹ ਚੀਜ਼ਾਂ ਕਰਨ ਜਾ ਰਹੇ ਹਾਂ? ਹੁਣ ਜੇ ਦੇਖੋ, ਫਿਰ ਤੁਸੀਂ ਇੱਕ, ਮੈਂ ਹੈਰਾਨੀ ਦੀ ਗੱਲ ਜਿਹੜੀ ਤੁਸੀਂ ਪਹਿਲਾਂ ਹੀ ਕਰਕੇ ਹਟੇ ਆ, ਤੁਸੀਂ ਮੈਨੂੰ ਆਪ ਕਹੀ ਇਹ ਗੱਲ, ਕਹਿੰਦੇ ਯਾਰ ਹੈਰਾਨੀ ਦੀ ਗੱਲ ਇਸ ਦੀ ਹੈ ਕਿ ਅੱਜ ਤੱਕ ਅਸੀਂ ਕਿਸੇ ਐਕਸਪਰਟ ਨੂੰ ਇਸ ਇਸ਼ੂ ਤੇ ਸਾਹਮਣੇ ਨਹੀਂ ਲਿਆ, ਨਹੀਂ ਲੈ ਕੇ ਆ ਸਾਡੇ ਕੋਲੇ ਆਪ ਕੀ ਆਪਣੇ ਬਲਤੇਜ ਸਿੰਘ ਢਿੱਲੋਂ ਹੀ ਹੈ। ਚਲੋ ਆਪਾਂ ਇਹਨਾਂ ਦੇ ਲੀਫਲੈਟ ਦੀ ਗੱਲ ਹੀ ਕਰ ਲਈਏ, ਚਲੋ ਡਾਇਨ ਵਾਟ ਵੀ ਹੈ, ਬੌਬ ਬੋਸ ਆ, ਚਲੋ ਪੋਲੀਟੀਕਲ ਬੰਦੇ, ਇਸ ਨਾਲ ਮੈਂ ਨਹੀਂ ਗੱਲ ਕੀਤੀ, ਆਪਾਂ ਅਜੇ ਨਹੀਂ ਕੀਤੀ, ਪਰ ਘੱਟੋ ਘੱਟ ਆ ਬਲਦੇਵ ਸਿੰਘ ਢਿੱਲੋਂ ਵਰਗੇ ਬੰਦੇ ਨੂੰ ਤਾਂ ਆਪਾਂ, ਸਾਡੀ ਕਮਿਊਨਿਟੀ ਦਾ ਬੰਦਾ ਪਹਿਲਾਂ, ਮੇਰਾ ਪਹਿਲੇ ਦਸਤਾਰਧਾਰੀ, ਦਸਤਾਰਧਾਰੀ ਹੈ ਬਿਲਕੁਲ ਯਾਰ, ਅਸੀਂ ਉਹਦੇ ਤੋਂ ਪੁੱਛ ਤਾਂ ਸਕਦੇ ਹਾਂ, ਬਿਲਕੁਲ। ਉਹ ਵੀ ਇਸ ਗੱਲ ਬਾਰੇ ਕਹਿ ਰਹੇ ਹੈ ਕਿ ਰੁਕੋ ਯਾਰ, ਰੁਕੋ ਅਜੇ, ਵੀ ਹੋਰ ਇਸ਼ੂ ਬੜੇ ਹੈਗੇ ਆ। ਹੁਣ ਉਹਨਾਂ ਬੰਦਿਆਂ ਨੂੰ ਕੀ ਦਿਸਦਾ? ਉਹਨਾਂ ਬੰਦਿਆਂ ਨੂੰ ਇਹ ਦਿਸਦਾ, ਇਹ ਵੇਖੋ ਜਿੰਨਾ ਕੁ ਮੈਂ ਡੂੰਘਾਈ 'ਚ ਗਿਆ ਨਾ, ਇਹ ਗੱਲ ਪੱਕੀ ਹੈ ਕਿ ਜੇ ਨੰਬਰ ਆਫ ਪਰਸਨ ਸੇਮ ਰਹਿੰਦੇ ਆ, ਪੈਟਰੋਲਿੰਗ ਘਟਦੀ ਹੈ ਤਾਂ ਕ੍ਰਾਈਮ ਘਟਣਾ ਨਹੀਂ। ਇਹ ਆਮ ਬੰਦੇ ਨੂੰ ਪਤਾ, ਕ੍ਰਾਈਮ ਵਧਣ ਦੇ ਚਾਂਸ ਹੈ ਕਿਉਂਕਿ ਜਦੋਂ ਪੈਟਰੋਲਿੰਗ ਹੀ ਘਟ ਗਈ, ਬਿਲਕੁਲ। ਦੂਜੇ ਪਾਸੇ ਸਾਡੇ ਕੋਲ ਇੰਨੇ ਐਕਸਪਰਟ ਬੰਦੇ ਬੈਠੇ ਆ, ਸਾਡੀ ਕਮਿਊਨਿਟੀ 'ਚੋਂ ਬੈਠੇ ਆ, ਕਿ ਅਸੀਂ ਕਦੇ ਸਾਡੇ ਮੀਡੀਆ ਦੀ, ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਸਾਡੇ ਮੀਡੀਏ ਨੇ ਨਹੀਂ ਗੱਲ ਕੀਤੀ। ਮੈਂ ਆਪਣੇ ਤੌਰ ਤੇ ਕਹਿੰਦਾ ਜੀ ਮੈਂ ਨਹੀਂ ਕੀਤਾ ਪਿਛਲੇ ਦੋ ਸਾਲ, ਵੀ ਇਹਨਾਂ ਨੂੰ ਲਿਆ ਕੇ ਯਾਰ ਆਪਾਂ ਕਿਉਂ ਨਹੀਂ ਇਹ ਗੱਲਾਂ ਪੁੱਛਦੇ ਵੀ ਦੋਸਤੋ ਤੁਸੀਂ ਆਹ ਪੰਫਲੈਟ ਅਸੀਂ ਪੜਿਆ ਯਾਰ, ਦੱਸੋ ਸਾਡੇ ਤੁਹਾਡਾ ਬੇਸ ਕੀ ਹੈ, ਤੁਹਾਡਾ ਬੇਸ ਕੀ ਹੈ? ਉਹ ਲੋਕਾਂ ਨੇ ਤਾਂ, ਲੋਕਾਂ ਨੇ ਕ੍ਰਾਈਮ ਘਟਾਉਣਾ, ਲੋਕਾਂ ਨੂੰ ਆਰ ਸੀ ਐਮ ਪੀ ਬਦਲਣਾ ਮਤਲਬ ਨਹੀਂ, ਨੀਲੀ ਪੀਲੀ ਵਰਦੀ ਪਾਉਣ ਨਾਲ ਮਤਲਬ ਨਹੀਂ। ਉਹ ਕਹਿੰਦੇ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ, ਅਸੀਂ ਸੇਫ ਹੋਣੇ ਚਾਹੀਦੇ ਹਾਂ, ਪਰ ਜਿਹੜੇ ਅੰਕੜੇ ਕਹਿ ਰਹੇ ਆ
ਪੁਲਿਸ ਆਫੀਸਰ ਜਿੰਨੇ ਬਣ ਰਹੇ ਆ ਜਾਂ ਕੁਝ ਉਹ ਲਾਏ ਜਾ ਰਹੇ ਆ ਉਹਦੇ ਹਿਸਾਬ ਦੇ ਨਾਲ ਤਾਂ ਇਹ ਟ੍ਰਾਂਜੀਸ਼ਨਸ ਤਾਂ ਇਹੀ ਆ ਟ੍ਰਾਂਜੀਸ਼ਨ ਮੁੜ ਕੇ ਰਿਕਰੂਟ ਕਰ ਲੈਣ 5 ਸਾਲਾਂ 4 ਨੂੰ ਇਹ ਉਹਨਾਂ ਦੀ ਮਰਜ਼ੀ ਨਹੀਂ ਦੇਖੋ ਜਦੋਂ ਟ੍ਰਾਂਜੀਸ਼ਨ ਹੋਣੀ ਹੈ ਉਹ ਕੋਈ ਐ ਤਾਂ ਹੋਣੀ ਨਹੀਂ ਕਿ ਅੱਜ 800 ਦਾ 800 ਬਦਲਤਾ ਪਹਿਲਾਂ 100 ਬੰਦਾ ਭਾਲਣਾ ਪੈਣਾ ਬਿਲਕੁਲ 100 ਬੰਦਾ ਲੱਭਿਆ ਉਹ ਬੰਦਾ ਭਰਤੀ ਕੀਤਾ ਉਹ ਬੰਦੇ ਭਰਤੀ ਕਰਨ ਤੋਂ ਬਾਅਦ 100 ਬੰਦਾ ਆਰਸੀਐਮਪੀ ਦਾ फिर 50 बंदे लभ गए 50 बंदे तोरनगे इस तरह करते करते बराबर इनू टाइम कितना लगना एक दूसरे नंबर ते जदों असीं जदों इहदी कॉस्ट ते गल आउणी है ना वह कॉस्ट वह बड़ी ह्यूज आ पर असीं तां उस गल नूं कहिंदे वी ह्यूज नूं वी मन लांगे कोई गल नहीं पर यह ना कर लईए कि किते पुलिस नूं बदलाउंदे खर्चा भी इन्ना कर बैठीए फायदा कोई होवे ना ते मुड़ के साडा इंफ्रास्ट्रक्चर होर चीज़ां सारा सरी सिटी ऑफ सरी नंग होके बह जाए ते साडी वैलफेयर वास्ते जां साडे लोड जिहड़ियां रोजाना दियां लोड़ां दियां चीज़ां हैगियां उहदे वास्ते हत्थ खड़े हो जाण भी बजट है नहीं गा ਤੂੰ ਮਤਲਬ ਇਹਨਾਂ ਗੱਲਾਂ ਕਰਕੇ ਆਪਾਂ ਥੋੜਾ ਜਿਹਾ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਅਗਲੇ ਹਿੱਸੇ 'ਚ ਜੀ ਅਗਲੇ ਸੋਮਵਾਰ ਇਹਦਾ ਫਿਰ ਤੁਸੀਂ ਖਰਚਾ ਲਿਆਓ ਬਈ ਪਤਾ ਕਰੀਏ ਆਪਾਂ ਸਰਚ ਕਰੀਏ ਬਈ ਕੀ ਖਰਚਾ ਸੀ ਇਹ 'ਚ ਖਰਚਾ ਇੱਕ ਨਾ ਤੁਸੀਂ ਤਾਂ ਵੈਸੇ ਪਹਿਲਾਂ ਹੀ ਮੇਰੇ ਨਾਲ ਦੋ ਸਟੈਪ ਅੱਗੇ ਦੀ ਗੱਲ ਕਰ ਕੀਤੀ ਹੈ ਲਿਆਓ ਲੋਕਾਂ ਨੂੰ ਪੁਕਾਰੋ ਲੋਕਾਂ ਨੂੰ ਆਵਾਜ਼ਾਂ ਮਾਰੋ ਇਸ ਪਲੇਟਫਾਰਮ ਦੇ ਉੱਤੋਂ ਕਿ ਲੋਕੋ ਕਿਤੇ ਉਹ ਨਾ ਕੁਛ ਕਰ ਬੈਠੀਏ ਆਪਣਾ ਮਸਲਾ ਰੋਕਣ ਤੋਂ ਨਹੀਂ ਹੈ ਬਿਲਕੁਲ ਨਹੀਂ ਹੈ ਨਹੀਂ ਜੀ ਅਸੀਂ ਰੋਕਣ ਦੀ ਗੱਲ ਵੀ ਨਹੀਂ ਕਰਦੇ ਸਾਡੀ ਕੋਈ ਮਤਲਬ ਨਹੀਂ ਰੋਕਣ ਚੀਫ ਲੱਭ ਰਹੇ ਨੇ ਲੱਭੋ ਆਪਣਾ ਨਹੀਂ ਹੋਣਾ ਉਹ ਹੋਣ ਦਿਓ ਪਰ ਕਿਤੇ ਉਹ ਨਾ ਹੋਵੇ ਵੀ ਨੰਗ ਵੀ ਹੋ ਜਗੇ ਤੇ ਉਹਦਾ ਫਾਇਦਾ ਵੀ ਕੋਈ ਨਾ ਹੋਵੇ ਤੇ ਫਿਰ ਅੱਖਾਂ ਤੇ ਹੱਥ ਧਰਕੇ ਧਰੀਏ ਯਾਰ ਆਹ ਕੀ ਹੋ ਗਿਆ ਹੈ ਨਾ ਆਪਣਾ ਫਰਜ਼ ਹੈ ਅਵੇਅਰ ਕਰ ਦੇਣਾ ਦੱਸਣਾ ਤੇ ਤੁਸੀਂ ਲੋਕਾਂ ਨੂੰ ਇਹ ਗੱਲ ਜ਼ਰੂਰ ਕਹੋ ਵੀ ਕੋਈ ਐਕਸਪਰਟ ਐਸੇ ਆਉਣ ਜੇ ਕਿਸੇ ਕੋਲੇ ਵੀ ਆਹ ਰਿਪੋਰਟ ਜਿਹੜੀ ਆਪਾਂ ਗੱਲ ਕੀਤੀ ਹੈ ਇਸ ਤੋਂ ਇਹੋ ਜੀ ਰਿਪੋਰਟ ਕਿਸੇ ਕੋਲੇ ਵੀ ਹੈਗੀ ਆ ਸਾਡੇ ਨਾਲ ਭੇਜੋ ਸਾਡੇ ਕੋਲੇ ਭੇਜੋ ਜਾਂ ਆਪ ਆ ਕੇ ਇਸੇ ਪਲੇਟਫਾਰਮ ਤੇ ਗੱਲ ਨਾਲ ਬਿਠਾਉਣੇ ਬਿਲਕੁਲ ਨਾਲ ਬਿਠਾਉਣੇ ਨਾਲੇ ਦੋਨੇ ਧਿਰਾਂ ਨੂੰ ਬਿਠਾਉਣਾ ਸੀ ਬਨ ਬਾਈ ਬਨ ਬਨ ਬਾਈ ਬਨ ਆਪਾਂ ਤਾਂ ਇਹੀ ਕਹਿੰਨੇ ਆ ਨਾ ਕਿ ਆਹ ਸਾਡੇ ਅੰਕੜੇ ਆ ਜੀ ਕੀ ਤੁਸੀਂ ਉਹਨੇ ਬੰਦੇ ਭਰਤੀ ਕਰ ਰਹੇ ਹੋ ਕੀ ਉਹ ਦੋ ਬੰਦੇ ਨਹੀਂ ਹੋਣਗੇ ਕਾਰ ਦੇ ਵਿੱਚ ਕੀ ਪੈਟਰੋਲਿੰਗ ਨਹੀਂ ਘਟੂਗੀ ਜੇ ਘਟੂਗੀ ਜੇ ਉਹੀ ਬੰਦੇ ਉਨੇ ਬੰਦਿਆਂ ਨੇ ਹੀ ਕੰਮ ਕਰਨਾ ਹੈ ਤੇ 50% ਐਫੀਸ਼ੀਐਂਸੀ ਰਹਿ ਜਾਣੀ ਤੇ ਕ੍ਰਾਈਮ ਕਿਵੇਂ ਘਟੂਗਾ ਸਾਨੂੰ ਤਾਂ ਇਸ ਗੱਲ ਨਾਲ ਕਨਵਿੰਸ ਕਰ ਦਿਓ ਹੋਰ ਤਾਂ ਆਪਣਾ ਕੋਈ ਮਤਲਬ ਨਹੀਂ ਨਾ ਹੈ ਕਿਸੇ ਗੱਲ ਦੇ ਬਿਲਕੁਲ ਬਿਲਕੁਲ ਇਹ ਠੀਕ ਗੱਲ ਹੈ ਵੈਲਿਡ ਗੱਲ ਹੈ ਪਰਮਜੀਤ ਸਿੰਘ ਹੋਣਾ ਦੀ ਜਿਹੜੀ ਡਿਸਕਸ਼ਨ ਆ ਇਹਨਾਂ ਦੇ ਮਨ ਦੇ ਵਿੱਚ ਮੇਰੇ ਵੀ ਸੀ ਬਈ ਕਿਤੇ ਕਿਤੇ ਸਾਡਾ ਇਹ ਸੁਨੇਹਾ ਜਾਂਦਾ ਵੀ ਅਸੀਂ ਕਿਸੇ ਵੱਲ ਔਲਾਰ ਹਾਂ ਮੀਡੀਆ ਔਲਾਰ ਨਾ ਹੋਵੇ ਗਲਤੀ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਵੀ ਨਿੱਜ ਦੇ ਤੌਰ 'ਤੇ ਬੰਦਾ ਕਿਤੇ ਨਾ ਕਿਤੇ ਜੁੜਿਆ ਹੁੰਦਾ ਪਰ ਉਹ ਚੀਜ਼ ਨੂੰ ਪਰਾਂ ਰੱਖ ਕੇ ਇੱਕ ਕੋਈ ਉਹੋ ਜਿਹਾ ਮੰਚ ਅਸੀਂ ਪ੍ਰੋਵਾਈਡ ਕਰੀਏ ਐਟਲੀਸਟ ਇੱਕ ਦਿਨ ਸਰੀ ਦੇ ਮਸਲਿਆਂ 'ਤੇ ਦਈਏ ਵੀ ਜਿਹਦੇ 'ਤੇ ਕੋਈ ਐਕਸਪਰਟ ਆ ਕੇ ਆਪਣੀ ਗੱਲ ਕਹਿ ਸਕੇ ਇਹਦੇ 'ਚ ਜਿਹੜੇ ਆਰਸੀਐਮਪੀ ਨੂੰ ਕੀਪ ਆਰਸੀਐਮਪੀ ਸਲੋਗਨ ਵਾਲੇ ਵੀ ਆਉਣ ਜੀ ਜੀ ਅਤੇ ਦੂਜੇ ਜਿਹੜੇ ਜਿਨ੍ਹਾਂ ਨੇ ਫਤਵੇ ਦਿੱਤੇ ਨੇ ਉਹਨਾਂ ਦਾ ਵੀ ਪ੍ਰਤੀਨਿਧ ਆਵੇ ਵੀ ਭਾਈ ਆਹ ਚੀਜ਼ਾਂ ਨੇ ਅਸੀਂ ਆਹ ਕਰਕੇ ਦੇਵਾਂਗੇ ਇਹਦੇ ਨਾਲ ਇਸ ਤਰ੍ਹਾਂ ਕ੍ਰਾਈਮ ਕੰਟਰੋਲ ਗੱਲ ਸਾਹਿਬ ਗੱਲ ਤਾਂ ਉੱਥੇ ਆ ਨਾ ਵੀ ਲੋਕ ਇਨਫੋਰਮੇਸ਼ਨ ਮੰਗਦੇ ਆ ਲੋਕਾਂ ਨੇ ਤਾਂ ਵਿਚਾਰਿਆਂ ਨੇ ਨਾ ਦੇਖੋ ਵੋਟਰ ਦਾ ਕੀ ਕੰਮ ਹੈ ਵੋਟਰ ਨੂੰ ਇੱਕ ਦੁੱਖ ਸੀ ਉਹ ਦੁੱਖ ਉਹਨੇ ਸਾਹਮਣੇ ਰੱਖਤਾ ਉਹਨੇ ਨੁਮਾਇੰਦੇ ਚੁਣਤੇ ਰਾਜਨੀਤੀ ਇੱਕ ਅਲੱਗ ਰੀਅਲਿਸਟਿਕਲੀ ਗੱਲ ਇੱਕ ਹੈ ਹੈ ਨਾ ਬਿਲਕੁਲ ਹੁਣ ਸਮ ਟਾਈਮਸ ਜਿਹੜੇ ਸਿਆਣੇ ਲੀਡਰ ਹੁੰਦੇ ਆ ਨਾ ਜਿਹੜੇ ਸਿਆਣੇ ਲੀਡਰ ਕਈ ਵਾਰੀ ਲੋਕ ਫਤਵੇ 'ਚ ਮੈਨੀਫੈਸਟੋ ਦੇ ਵਿੱਚ ਜਾਂ ਪਲੇਟਫਾਰਮ 'ਚ ਪਾਈਆਂ ਹੋਈਆਂ ਚੀਜ਼ਾਂ 'ਤੇ ਵੀ ਕਈ ਵਾਰੀ ਉਹ ਰੈਫਰੈਂਡਮ ਜਾਂ ਹੋਰ ਚੀਜ਼ਾਂ ਬੜਾ ਕੁਛ ਕਰਵਾ ਲੈਂਦੇ ਆ ਵੀ ਹਾਂ ਯਾਰ ਇਹ ਬੜਾ ਵੱਡਾ ਇਸ਼ੂ ਹੈ ਫਿਰ ਉਹਦੀ ਕੈਲਕੂਲੇਸ਼ਨ ਫਿਰ ਉਹਦੀ ਰਿਪੋਰਟ ਬਣਦੀ ਹੈ ਰਿਪੋਰਟ ਬਣਦੀ ਆ ਉਹਦੀਆਂ ਰਿਸਰਚਾਂ ਹੁੰਦੀਆਂ ਫਿਰ ਉਹਦੇ 'ਚ ਇਹ ਅੰਕੜੇ ਕੱਢੇ ਜਾਂਦੇ ਆ ਕਿ 9% ਕ੍ਰਾਈਮ ਘਟੂਗਾ ਇਹਦਾ ਬਿਜ਼ਨਸ ਇਹਦਾ ਮਾਡਲ ਆਹ ਹੋਊਗਾ ਇਹਦੇ 'ਚ ਆਹ ਆਹ ਚੀਜ਼ਾਂ ਨਵੀਆਂ ਹੋਣਗੀਆਂ ਉਹ ਮੈਂ ਮੱਥਾ ਮਰੀ ਬਥੇਰੀ ਕਰ ਲਈ ਮੈਨੂੰ ਤਾਂ ਕਿਤੋਂ ਮਿਲਿਆ ਨਹੀਂ ਵੇਖੋ ਸਿੱਧੀ ਜੀ ਗੱਲ ਹੈ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਮੈਨੂੰ ਕਿਤੋਂ ਮਿਲ ਜੇ ਵੀ ਕ੍ਰਾਈਮ ਰਿਪੋਰਟ ਕੀ ਆ ਕੀ ਰਿਪੋਰਟ ਕੀ ਆ ਵੀ ਕਿਸ ਤਰ੍ਹਾਂ ਹੋਊਗਾ ਪਰ ਉਹਦੇ ਉਲਟ ਜਿਹੜੀਆਂ ਗੱਲਾਂ ਸੁਣਨ ਨੂੰ ਮਿਲੀਆਂ ਉਹ ਆਹ ਮਿਲੀਆਂ ਵੀ ਭਾਈ ਇਹਦਾ ਫਾਇਦਾ ਕੁਛ ਨਹੀਂ ਹੋਣਾ ਇਹਦਾ ਕੋਈ ਗੱਲਬਾਤ ਨਹੀਂ ਹੋਣੀ ਇਹ ਤਾਂ ਪੈਟਰੋਲਿੰਗ ਅੱਧੀ ਰਹਿ ਜਾਣੀ ਹੈ ਸੇਮ ਨੰਬਰ ਆਫ ਪੀਪਲ ਕੰਮ ਕਰਨੇ ਹੈ ਫਿਰ ਜੇ ਹੁਣ ਆਪਾਂ ਇੱਕ ਮਿੰਟ ਦੂਜੇ ਪਾਸੇ ਆਪਾਂ ਸਿਟੀ ਜਾਂ ਆਰਸੀਐਮਪੀ ਦੀ ਗੱਲ ਨਹੀਂ ਹੈਗੀ ਇਹ ਐਪਸਪੋਰਟ ਨੂੰ ਤੁਸੀਂ ਕੀ ਦੇਖਦੇ ਹੋ ਐਪਸਪੋਰਟ ਦੇ ਵਿੱਚ ਸਿਟੀ ਪੁਲਿਸ ਹੈ ਜੀ ਉੱਥੋਂ ਸ਼ੁਰੂ ਹੋਈ ਟਾਊਨ ਲਾਈਨ ਦੀ ਹਿੱਲ ਤੋਂ ਤਾਂ ਸ਼ੁਰੂ ਹੋਈ ਉੱਥੇ ਸਿਟੀ ਪੁਲਿਸ ਕੰਟਰੋਲ ਕਰ ਸਕਦੇ ਫਿਰ ਕੀ ਕੰਟਰੋਲ ਹੋਇਆ ਸਾਡਾ ਤਾਂ ਮਕਸਦ ਇੰਨਾ ਹੈ ਵੀ ਕਿਤੇ ਐਸੀ ਗੱਲ ਨਾ ਹੋਵੇ ਮੈਂ ਬਾਰ ਬਾਰ ਲੋਕਾਂ ਦੀ ਗੱਲ ਕਰਦਾ ਵੀ ਕਿਤੇ ਲੋਕ ਜੀ ਗਿੱਜੇ ਵੀ ਘਟਾ ਬੈਠਣ ਅਤੇ ਕ੍ਰਾਈਮ ਵੀ ਉੱਥੇ ਉਹੋ ਜਿਹਾ ਹੀ ਰਹਿ ਜੇ ਅਤੇ ਉੱਥੇ ਉਹ ਅਸੀਂ ਉਹਨੂੰ ਕੋਈ ਅਚੀਵ ਵੀ ਨਾ ਕਰ ਪਾਈਏ ਇਸ ਗੱਲ ਦਾ ਥੋੜ੍ਹਾ ਜਿਹਾ ਖਦਸ਼ਾ ਹੈ ਸਾਰੇ ਲੋਕ ਆਉਣ ਸਾਰੇ ਲੋਕ ਆਪਦੀ ਇਨਪੁੱਟ ਪਾਉਣ ਤਾਂ ਕਿ ਲੋਕਾਂ ਦੇ ਚੋਂ ਇਹ ਕਨਫਿਊਜ਼ਨ ਖਤਮ ਹੋਵੇ ਅਤੇ ਲੋਕਾਂ ਦੇ ਭਲੇ ਦੀ ਗੱਲ ਹੋ ਸਕੇ ਬਿਲਕੁਲ ਠੀਕ